ਟੂਰਿਜ਼ਮ ਦੀ ਚੋਣ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ, ਪਰ ਇਸ ਚੋਣ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਵੀ ਕਾਫੀ ਠਣੀ ਹੋਈ ਹੈ। ਹੋਇਆ ਇੰਝ ਕਿ ਟੂਰਿਜ਼ਮ ਦੀ ਚੋਣ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਐਤਵਾਰ ਨੂੰ ਇੱਕ ਅਹਿਮ ਬੈਠਕ ਬੁਲਾਈ। ਬੈਠਕ ਦਾ ਕੈਪਟਨ ਅਮਰਿੰਦਰ ਸਿੰਘ ਗੁੱਟ ਨੇ ਬਾਈਕਾਟ ਕੀਤਾ। ਹਾਲਾਂਕਿ ਬੈਠਕ 'ਚ ਪਾਰਟੀ ਦੇ ਕੌਮੀ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਡਾਕਟਰ ਸ਼ਕੀਲ ਅਹਿਮਦ ਵੀ ਪਹੁੰਚੇ, ਬਾਵਜੂਦ ਇਸ ਦੇ ਕੈਪਟਨ ਗੁੱਟ ਦੇ ਜ਼ਿਆਦਾਤਰ ਵਿਧਾਇਕ ਮੀਟਿੰਗ 'ਚੋਂ ਗਾਇਬ ਰਹੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਕੀਲ ਅਹਿਮਦ ਨੇ ਕਿਹਾ ਕਿ ਪਾਰਟੀ ਨੇਤਾਵਾਂ 'ਚ ਕੁਝ ਮਤਭੇਦ ਜ਼ਰੂਰ ਹੈ, ਪਰ ਇਸ ਨੂੰ ਛੇਤੀ ਸੁਲਝਾ ਲਿਆ ਜਾਏਗਾ। ਉਹਨਾਂ ਸਾਫ਼ ਕੀਤਾ ਕਿ ਅਜਿਹਾ ਪਹਿਲਾਂ ਵੀ ਹੋਇਆ ਅਤੇ ਇਸ ਵਾਰ ਦੋਵਾਂ ਗੁਰਮੀਤ ਸਿੰਘ ਸੋਢੀ ਅਤੇ ਵਿਜੇਂਦਰ ਸਿੰਗਲਾ ਨੂੰ ਧੂਰੀ ਦਾ ਇੰਚਾਰਜ ਬਣਾਇਆ ਗਿਆ। ਕੈਪਟਨ ਸਾਹਿਬ ਨੈਸ਼ਨਲ ਲੀਡਰ ਹੈ, ਉਨ੍ਹਾਂ ਪ੍ਰੋਗਰਾਮ ਕਿਆ ਤਿਆਰੀ ਕਰੇਂਗੇ ਹਮ ਲੋਕ ਕੀ ਬਤਾਏਂਗੇ ਕਿ ਉਹਨਾਂ ਪਿਛਲੇ ਵਾਰ ਆਏ ਥੇ ਤੋ ਮੁਝਸੇ ਬਾਤ ਹੋਈ ਥੀ ਤੋ ਚਾਰ ਦਿਨ ਉਨ੍ਹਾਂ ਟਾਈਮ ਦਿਆ ਹੈ तो उसके हिसाब से आज प्रोग्राम बनाएंगे कि चार दिन में उनका प्रोग्राम कहाँ होना चाहिए, कैसे होना चाहिए, जो हमारे और लोगों की डिमांड की है यहाँ से वो स्टेट कांग्रेस ने, उनका प्रोग्राम कैसे बने, कहाँ बने, उसकी भी बात करेंगे। आपको लगता है वो कन्फ्यूजन है कैप्टन साहब का ही प्रोग्राम, कैप्टन साहब नेशनल लीडर हैं क्या? हाँ, हमको लगता है कोई कन्फ्यूजन है, हम लोग बात करेंगे उनसे। ਫਿਲਹਾਲ ਕਾਂਗਰਸ ਦੇ ਪ੍ਰਦੇਸ਼ ਦੇ ਨੇਤਾ ਆਪਣੀ ਅੰਦਰੂਨੀ ਸਮੱਸਿਆਵਾਂ ਹੀ ਖਤਮ ਕਰਨ 'ਚ ਲੱਗੇ ਹੋਏ ਨੇ। ਬੈਠਕ 'ਚ ਚੁਣਾਵ ਦਾ ਖਾਕਾ ਤਿਆਰ ਕਰ ਪ੍ਰਮੁੱਖ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ। ਬਾਜਵਾ 1 ਅਤੇ 2 ਅਪ੍ਰੈਲ ਨੂੰ ਧੂਰੀ 'ਚ ਹੀ ਕੈਂਪ ਲਗਾਉਣਗੇ। 11 ਅਪ੍ਰੈਲ ਨੂੰ ਹੋਣ ਵਾਲੇ ਜ਼ਿਮਨੀ ਚੋਣ 'ਚ ਪਾਰਟੀ ਨੇ ਸਾਬਕਾ CM ਸੁਰਜੀਤ ਸਿੰਘ ਬਰਨਾਲਾ ਦੇ ਪੋਤੇ ਸਿਮਰ ਪ੍ਰਤਾਪ ਸਿੰਘ ਨੂੰ ਉਮੀਦਵਾਰ ਬਣਾਇਆ। ਧੂਰੀ ਤੋਂ ਬਿਊਰੋ ਰਿਪੋਰਟ, ਪੈਰਾਦਾ TV।